ਅੱਜ ਅਸੀਂ ਸਾਰੇ ਕਿੱਥੇ ਜਾ ਰਹੇ ਹਾਂ? ਪੁੱਤਰ, ਅੱਜ ਅਸੀਂ ਸਾਰੇ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਹਾਂ। ਸਰ ਜੀ, ਦਸਵੇਂ ਪਿਤਾ ਤੋਂ ਬਾਅਦ ਕਿਹੜੇ ਗੁਰੂ ਸਨ? ਆਗਿਆ ਪਈ ਅਕਾਲ ਕੀ, ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਇਹ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨੇ, ਇਹਨਾਂ ਨੂੰ ਨਿਹੰਗ ਸਿੰਘ ਕਹਿੰਦੇ ਨੇ। ਕਰੋ ਭਰੋਸਾ ਸਾਹਿਬ ਉੱਤੇ, ਜਾਗ ਜਾਣਗੇ ਭਾਗ ਜੋ ਸੁੱਤੇ, ਜਾਗ ਜਾਣਗੇ ਭਾਗ ਜੋ ਸੁੱਤੇ। ਕਰੋ ਭਰੋਸਾ ਸਾਹਿਬ ਉੱਤੇ, ਜਾਗ ਜਾਣਗੇ ਭਾਗ ਜੋ ਸੁੱਤੇ। ਕਹਿ ਗਏ ਸਾਧੂ ਸੰਤ, ਸਭ ਸਿੱਖਣ ਕੋ ਹੁਕਮ ਹੈ। ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਬੱਚਿਓ, ਤੁਹਾਨੂੰ ਪਤਾ ਹੈ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ। ਦਸਮ ਪਿਤਾ ਨੇ ਖਾਲਸਾ ਪੰਥ ਦੀ ਸਥਾਪਨਾ ਇਸੇ ਥਾਂ ਤੇ ਕੀਤੀ ਸੀ। ਤੁਰਕੀ ਬਾਣੀ ਗਿਆਨ ਦਾ ਸਾਗਰ, ਪੜ੍ਹ ਲੋ ਕਰਕੇ ਚਿੱਤ ਇਕਾਗਰ, ਪੜ੍ਹ ਲੋ ਕਰਕੇ ਚਿੱਤ ਇਕਾਗਰ। ਤੁਰਕੀ ਬਾਣੀ ਗਿਆਨ ਦਾ ਸਾਗਰ, ਪੜ੍ਹ ਲੋ ਕਰਕੇ ਚਿੱਤ ਇਕਾਗਰ। ਬਣ ਜਾਓ ਕਾਗੋ ਹੰਸ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ। ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪ੍ਰਭ ਕੋ ਮਿਲੇ ਵੋ ਚਹੇ, ਕੋ ਜਿ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ, ਹਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਂ